ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਇੱਥੇ ਹੋਇਆ ਐਲਾਨ ਜੇ ਮੰਗਲਵਾਰ ਖੋਲੀਆਂ ਇਹ ਦੁਕਾਨਾਂ ਤਾਂ ਹੋਵੇਗਾ 5000 ਰੁਪਏ ਦਾ ਜੁਰਮਾਨਾ ਦੁਕਾਨ ਵੀ ਹੋ ਸਕਦੀ ਹੈ ਸੀਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣ ਤੇ ਨਾਲ ਹੀ ਨਾਲ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਆਨਲਾਈਨ ਸ਼ਾਪਿੰਗ ਦਾ ਲਿੰਕ ਡਿਸਕ੍ਰਿਪਸ਼ਨ ਜਿੱਤਦਾ ਹੋਇਆ ਹੈ ਤੁਸੀਂ ਇੱਥੇ ਆ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਸਮੇਂ-ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਦੇਸ਼ ਅੰਦਰ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਨੇ ਇਹਨਾਂ ਐਲਾਨਾਂ ਦਾ ਸਬੰਧ ਵੱਖ-ਵੱਖ ਖੇਤਰਾਂ ਦੇ ਨਾਲ ਪਾਇਆ ਜਾਂਦਾ ਹੈ ਜਿਸ ਦਾ ਅਸਰ ਸਥਾਨਕ ਖੇਤਰ ਦੇ ਲੋਕਾਂ ਵਿੱਚ ਦੇਖਣ ਨੂੰ ਆਮ ਤੌਰ ਤੇ ਮਿਲ ਜਾਂਦਾ ਹੈ ਸਰਬਸੰਮਤੀ ਦੇ ਨਾਲ ਲਏ ਗਏ ਫੈਸਲੇ ਕਾਰਨ ਵੀ ਕਈ ਤਰ੍ਹਾਂ ਦੇ ਮਤਭੇਦ ਉਤਪੰਨ ਹੋ ਜਾਂਦੇ ਹਨ ਜਦਕਿ ਕੁਝ ਤਰ੍ਹਾਂਾਂ ਤੇ ਇਹਨਾਂ ਫੈਸਲਿਆਂ ਦਾ ਦਿਲਲੀ ਸਵਾਗਤ ਕੀਤਾ ਜਾਂਦਾ ਹੈ ਸਾਡੇ ਦੇਸ਼ ਅੰਦਰ ਵੱਖ-ਵੱਖ ਤਰ੍ਹਾਂ ਦੀਆਂ પરિਸਥਿਤੀਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕਈ ਅਹਿਮ ਫੈਸਲੇ ਕੀਤੇ ਗਏ ਜਿਨ੍ਹਾਂ ਵਿੱਚ ਇੱਕ ਕਲਾਨ ਹਰਿਆਣਾ ਦੇ ਗੁਰੂ ਰਾਮ ਗ੍ਰਾਮ ਵਾਸਤੇ ਕੀਤਾ ਗਿਆ ਇਸ ਕਿਤੇ ਗੈਲਾਣ ਦਾ ਸਬੰਧ ਭੋਜਨ ਸ਼ੈਲੀ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਦੇਸ਼ ਅੰਦਰ ਵੱਖ-ਵੱਖ ਤਰ੍ਹਾਂ ਦੇ ਲੋਕ ਹਨ ਅਤੇ ਉਹਨਾਂ ਦੀ ਭੋਜਨ ਸ਼ੈਲੀ ਇੱਕ ਤੋਂ ਥੋੜੀ ਵੱਖਰੀ ਪਾਈ ਜਾਂਦੀ ਹੈ ਜਿੱਥੇ ਕੁਝ ਲੋਕ ਸ਼ਾਕਾਹਾਰੀ ਹੁੰਦੇ ਹਨ ਉਜ ਕੋਚ ਲੋਕ ਮਾਸਾਹਾਰੀ ਵੀ ਹੁੰਦੇ ਹਨ ਇਹ ਖਬਰ ਉਹਨਾਂ ਮਾਸਾਹਾਰੀ ਲੋਕਾਂ ਵਾਸਤੇ ਹੈ ਜੋ ਮੰਗਲਵਾਰ ਨੂੰ ਮੀਟ ਨਹੀਂ ਖਾ ਸਕਣਗੇ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਮੰਗਲਵਾਰ ਦੇ ਦਿਨ ਜੇ ਕਿਸੇ ਮੀਟ ਸ਼ਾਪ ਮਾਲਕ ਨੇ ਦੁਕਾਨ ਖੋਲੀ ਤਾਂ ਉਸ ਨੂੰ 5000 ਰੁਪਏ ਦਾ ਜੁਰਮਾਨਾ ਕਰਨ ਦੇ ਨਾਲ-ਨਾਲ ਉਸ ਦੀ ਦੁਕਾਨ ਵੀ ਸੀਲ ਕੀਤੀ ਜਾ ਸਕਦੀ ਹੈ ਇਥੋਂ ਦੇ ਵਾਰਡ ਨੰਬਰ 19 ਦੇ ਕੌਂਸਲਰ ਸ਼੍ਰੀ ਸ਼ਰਮਾ ਨੇ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਇਹ ਪ੍ਰਸਤਾਵ ਦਿੱਤਾ ਕਿ ਜ਼ਿਆਦਾਤਰ ਲੋਕ ਮੰਗਲਵਾਰ ਨੂੰ ਮੀਟ ਖਾਣਾ ਪਸੰਦ ਨਹੀਂ ਕਰਦੇ ਅਤੇ ਮੀਟ ਖਾਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚਦੀ ਹੈ ਮੀਟਿੰਗ ਵਿੱਚ ਸਰਮਸਮਦੀ ਤੇ ਨਾਅ ਪ੍ਰਸਤਾਵ ਉੱਪਰ ਮੋਹਰ ਲਗਾ ਦਿੱਤੀ ਗਈ ਹੈ ਪਰ ਇਸ ਸਬੰਧੀ ਦੁਕਾਨ ਸੰਚਾਲਕ ਦਾ ਆਖਣਾ ਹੈ ਕਿ ਮੰਗਲਵਾਰ ਮਹੀਨੇ ਵਿੱਚ 4 ਤੋਂ 5 ਵਾਰ ਆਉਂਦਾ ਹੈ ਉਹਨਾਂ ਕਹਿਆ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਖਾਣ ਪੀਣ ਦੀ ਲੋੜ ਹੈ ਤੇ ਜਿਹੇ ਵਿੱਚੇ ਹੁਕਮ ਦਿੱਤੇ ਗਏ ਹਨ ਉਧਰ ਦੂਜੇ ਪਾਸੇ ਗੁਰੂਗ੍ਰਾਮ ਦੇ ਮੇਅਰ ਮਧੂ ਆਜ਼ਾਦ ਨੇ ਕਿਹਾ ਕਿ ਪ੍ਰਸਤਾਵ ਦੇ ਪਾਸ ਕਰ ਇਸ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ